ਬੱਚੇ ਦਾ ਮੇਰਾ ਕੋਈ ਕਸੂਰ ਨਹੀਂ, ਕਹਿੰਦੇ ਵੀ ਸਾਨੂੰ ਇੱਥੇ ਰਹਿਣ ਦਿੱਤਾ ਜਾਵੇ, ਬਸ ਨੇ ਹੋਰ ਕੁਛ ਨਹੀਂ। ਰੋ ਰਹੀ ਔਰਤ ਅਤੇ ਉਸ ਨੂੰ ਤਰਵਾਸੇ ਦੇ ਕੇ ਚੁੱਪ ਕਰਵਾ ਰਿਹਾ ਉਸ ਦਾ 9 ਸਾਲ ਦਾ ਮਾਸੂਮ ਪੁੱਤ। ਦਰਅਸਲ ਇਸ ਮਾਂ ਪੁੱਤ ਅਤੇ ਬਿਰਧ ਦਾਦੀ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ, ਇਸ ਵੱਡੀ ਕੋਠੀ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਬੈਂਕ ਨੇ ਇਸ ਨੂੰ ਸੀਲ ਕਰ ਦਿੱਤਾ ਹੈ। ਪਹਿਲਾਂ ਇਸ ਪਰਿਵਾਰ ਦੇ ਮੁਖੀ ਦੇ ਵੱਲੋਂ ਇਸ ਕੋਠੀ ਨੂੰ ਪਾਉਣ ਲਈ 10 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲਿਆ ਗਿਆ ਸੀ। ਉਸ ਦੀ ਮੌਤ ਹੋ ਗਈ ਤੇ ਕਰਜ਼ਾ ਨਹੀਂ ਮੋੜਿਆ ਗਿਆ ਤੇ 4 ਸਾਲ ਪਹਿਲਾਂ ਇਸ ਔਰਤ ਦੇ ਪਤੀ ਦੇ ਵੱਲੋਂ ਵੀ ਕਰਜ਼ਾ ਨਾ ਮੋੜ ਸਕਣ ਕਰਕੇ ਖੁਦਕੁਸ਼ੀ ਕਰ ਲਈ ਗਈ। ਹੁਣ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਤੇ ਮਾਰਚ 2024 ਤੋਂ ਕੋਠੀ ਨੂੰ ਬੈਂਕ ਦੇ ਵੱਲੋਂ ਪੁਜੈਸ਼ਨ ਲੈਣ ਦੇ ਆਰਡਰ ਜਾਰੀ ਹੋਏ ਸਨ ਤੇ ਹੁਣ ਇਹਨਾਂ ਦੀ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਏ, ਬੈਂਕ ਦੇ ਵੱਲੋਂ ਤਾਲਾ ਜੜ ਦਿੱਤਾ ਗਿਆ ਏ ਤੇ ਇਹਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। 9 ਸਾਲ ਦਾ ਬੱਚਾ, ਉਸ ਦੀ ਮਾਂ ਅਤੇ ਉਸ ਦੀ ਬਜ਼ੁਰਗ ਦਾਦੀ ਹੁਣ ਇਸ ਕੋਠੀ ਤੋਂ ਬਾਹਰ ਨੇ, ਘਰ ਤੋਂ ਬੇਘਰ ਹੋ ਗਏ ਨੇ। ਹਾਲਾਂਕਿ ਅਧਿਕਾਰੀਆਂ ਦੇ ਮੁਤਾਬਕ ਇਸ ਪਰਿਵਾਰ ਦੇ ਮੁਖੀ ਦੇ ਵੱਲੋਂ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਇਸ ਕੋਠੀ ਨੂੰ ਬਣਾਉਣ ਲਈ ਲਿਆ ਗਿਆ ਸੀ, ਪਰ ਇਹਨਾਂ ਨੇ ਸਮੇਂ ਸਿਰ ਕਰਜ਼ਾ ਨਹੀਂ ਮੋੜਿਆ ਤੇ ਹੁਣ ਦੇਣਦਾਰੀ ਵੱਧ ਕੇ 16 ਲੱਖ ਰੁਪਏ ਹੋ ਗਈ ਹੈ। ਪਰ ਕਰਜ਼ਾ ਨਾ ਮੋੜ ਸਕਣ ਕਰਕੇ ਬੈਂਕ ਦੇ ਵੱਲੋਂ ਕਾਰਵਾਈ ਕੀਤੀ ਗਈ ਅਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਇਸ ਕੋਠੀ ਨੂੰ ਸੀਲ ਕਰ ਦਿੱਤਾ ਗਿਆ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਪੁਸ਼ਪਾ ਕਲੋਨੀ ਦੇ ਵਿੱਚ ਇਸ ਕੋਠੀ ਨੂੰ ਸੀਲ ਕੀਤਾ ਗਿਆ ਏ ਅਤੇ ਪਰਿਵਾਰ ਘਰ ਤੋਂ ਬੇਘਰ ਹੋ ਗਿਆ। ਹਾਲਾਂਕਿ ਅਧਿਕਾਰੀਆਂ ਦਾ ਆਪਣਾ ਤਰਕ ਹੈ ਕਿ ਕਰਜ਼ਾ ਵਾਪਸ ਨਹੀਂ ਕੀਤਾ, ਇਸ ਕਰਕੇ ਉਹਨਾਂ ਨੂੰ ਇਹ ਕਾਰਵਾਈ ਕਰਨੀ ਪਈ ਹੈ। ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ, ਪਹਿਲਾਂ ਘਰ ਦਾ ਮੁਖੀ ਤੁਰ ਗਿਆ ਅਤੇ ਬਾਅਦ ਦੇ ਵਿੱਚ ਇਸ ਮਾਸੂਮ ਬੱਚੇ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ। ਹੁਣ ਇਹ ਪਰਿਵਾਰ ਰੋਂਦਾ ਝੱਲ ਨਹੀਂ ਹੋ ਰਿਹਾ। ਸਰ, ਮੇਰਾ ਨਾਮ ਗਗਨਦੀਪ ਕੌਰ, ਮੇਰਾ ਬੇਟਾ ਸਹਿਜਵੀਰ 9 ਸਾਲ ਦਾ ਤੇ ਮੇਰੇ ਹਸਬੈਂਡ ਦੀ 4 ਸਾਲ ਪਹਿਲਾਂ ਡੈਥ ਹੋ ਗਈ, ਉਹਨਾਂ ਨੇ ਸੁਸਾਈਡ ਕਰ ਦੇਗੀ। ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇ ਨਹੀਂ ਕਰ ਸਕੇ ਤੇ ਕਿੰਨੇ ਕਰਨਾ ਸਾਡੇ ਘਰ ਚ ਕੋਈ ਆਦਮੀ ਨੀ ਹੈਗਾ, ਮੇਰਾ ਬੱਚਾ ਮੇਰੇ ਮਦਰ ਇਨ ਲਾ ਨੇ ਸਰ 10 ਲੱਖ ਸੀਗਾ ਤੇ ਹੁਣ 16 ਲੱਖ ਇਹਨਾਂ ਨੇ ਕੀਤਾ। ਮੈਨੂੰ ਕੋਈ ਗੱਲ ਨੀ ਆਉਂਦੀ, ਮੈਂ ਕੀ ਕਰਾਂ, ਮੈਂ ਚੱਲ ਜਾਣਾ ਕਿਤੇ, ਮੈਂ ਖਾ ਲੈਣਾ ਕੁਛ, ਮੈਂ ਮਰ ਜਾਣਾ ਵਾ, ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨੀ ਕੁਛ। ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਹਿਣ ਨੂੰ, ਮੈਂ ਕਿਤੇ ਜਾਵਾਂ ਹੁਣ,
ਕੰਦਾ ਵੀ ਗਿਆ, ਮੇਰਾ ਪੁੱਤ ਵੀ ਗਿਆ, ਮੈਂ ਕਿੱਥੇ ਜਾਵਾਂ ਹੁਣ? ਮੈਂ ਮਰ ਜਾਣਾ ਈ, ਮੈਨੂੰ ਕੋਈ ਗੱਲ ਨੀ ਆਉਂਦੀ, ਹਾਏ ਮੈਂ ਕੀ ਕਰਾਂ, ਹਾਏ ਮੈਂ ਮਰ ਗਿਆ, ਮੈਂ ਚੱਲ ਜਾਣਾ ਕਿਤੇ, ਮੈਂ ਖਾ ਲੈਣਾ ਕੁਛ, ਮੈਂ ਮਰ ਜਾਣਾ ਵਾ, ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨੀ ਕੁਛ। ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਹਿਣ ਨੂੰ, ਮੈਂ ਕਿੱਥੇ ਜਾਵਾਂ ਹੁਣ? ਇਹ ਕੋਠੀ ਦੇ ਨਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ, ਹਾਊਸਿੰਗ ਲੋਨ ਲਿਆ ਜੀ, ਲੋਨ ਲੈ ਕੇ ਪਲਾਟ ਅਤੇ ਕੋਠੀ ਬਣਾਈ ਆ, ਉਹ ਬੈਂਕ 'ਚ ਇਹਨਾਂ ਨੇ ਅਦਾ ਨਹੀਂ ਕੀਤੇ, ਅਤੇ ਮਾਂ ਜੋ ਡੀ ਸਾਹਿਬ ਦੇ ਹੁਕਮ ਅਨੁਸਾਰ ਇਹਨਾਂ ਨੂੰ ਆਰਡਰ ਹੋਏ ਸੀ ਪੁਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ, ਇਹ ਆਰਡਰ ਹੋਏ ਆ 18/3/2024 ਦੇ, 6 ਮਹੀਨੇ ਹੋ ਗਏ ਆ ਉਹ ਆਰਡਰ ਨੂੰ, ਅਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ, ਉਹਨਾਂ ਨੇ ਪੁਜੈਸ਼ਨ ਲਿਆ ਪੀਸਫੁਲੀ। ਅਤੇ ਗਗਨਦੀਪ ਕੌਰ ਹੈ ਲੀਗਲ ਏਅਰ, ਉਹਦੇ ਵਾਈਫ ਲੇਡ ਆ ਉਹ ਜਗਦੀਪ ਸਿੰਘ ਦੇ, ਅਤੇ ਬਾਹਰੋਂ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ, ਬਾਰੇ ਦੱਸ ਸਕਦੇ 16.5 ਲੱਖ ਰੁਪਈਆ ਇਸ ਵੇਲੇ ਪੈਂਡਿੰਗ ਹੈ ਜੀ ਇਹਨਾਂ ਦੇ। ਇਹ ਤਾਂ ਵੇਖੋ ਜੀ, ਇਹਨਾਂ ਨੂੰ ਨੋਟਿਸ ਦਿੱਤਾ, ਇੰਨੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਜੀ, ਪ੍ਰੋਪਰ ਕਾਰਵਾਈ ਹੋਣ ਦੇ ਬਾਵਜੂਦ 6 ਮਹੀਨੇ ਹੋ ਗਏ ਆ, ਅਤੇ 6 ਮਹੀਨੇ ਟਾਈਮ ਇਹਨਾਂ ਕੋਲ ਹੈਗਾ ਜੀ, ਬੈਂਕ ਨਾਲ ਸੈਟਲਮੈਂਟ ਕਰ ਲੈਂਦੇ, ਪੈਸੇ ਦੇ ਦਿੰਦੇ, ਅਤੇ ਇਹਨਾਂ ਦੀ ਐਡਜਸਟਮੈਂਟ ਹੋ ਜਾਣੀ ਸੀ।